ਜਲੰਧਰ ਵਿੱਚ 2 ਗੈਂਗਸਟਰਾਂ ਸਮੇਤ 5 ਨਸ਼ਾ ਤਸਕਰ ਕਾਬੂ। ਹਥਿਆਰ ਤੇ ਨਸ਼ਾ ਬਰਾਮਦ। ਜਲੰਧਰ ਦਿਹਾਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 2 ਗੈਂਗਸਟਰਾਂ ਤੇ 5 ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਤੇ 160 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਵੇਂ ਗੈਂਗਸਟਰ ਸੰਦੀਪ ਸਿੰਘ ਤੇ ਤੀਰਥ ਰਾਮ ਗੈਂਗਸਟਰ ਪਿੰਦਾਰੋ ਵੀ ਸ਼ਾਦੀਪੁਰੀਆ ਤੇ ਗੋਬੀ ਡੱਲੇਵਾਲ ਦੇ ਸਾਥੀ ਹਨ। ਇਹਨਾਂ ਤੇ 33 ਦੇ ਕਰੀਬ ਮਾਮਲੇ ਦਰਜ ਹਨ। ਇਹਨਾਂ ਦੇ ਕੋਲੋਂ 2 ਪਿਸਤੌਲ, 7 ਕਾਰਤੂਸ ਅਤੇ 1 ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਦੂਜੇ ਮਾਮਲੇ ਵਿੱਚ ਪੁਲਿਸ ਨੇ 160 ਗ੍ਰਾਮ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਗੈਂਗਸਟਰਸ ਫੜੇ ਗਏ ਨੇ ਜਲੰਧਰ ਰੂਰਲ ਪੁਲਿਸ ਵੱਲੋਂ, ਜਿਸ ਦੀ ਨਿਗਰਾਨੀ SPD ਸਾਹਿਬ ਦੇ ਹੇਠ ਸੀਗੀ। CIA ਟੀਮ ਨੇ ਇੱਕ ਨਾਕਾ ਲਾਇਆ ਹੋਇਆ ਸੀ ਨਕੋਦਰ ਦੇ ਵਿੱਚ, ਅਤੇ 2 ਮੁੰਡੇ ਜਿਹੜੇ ਕਿ ਇੱਕ ਕਾਰ ਦੇ ਵਿੱਚ ਆ ਰਹੇ ਸੀਗੇ ਉਹਨਾਂ ਨੂੰ ਰੋਕਿਆ ਗਿਆ। ਉਹਨਾਂ ਕੋਲੋਂ 2 ਪਿਸਟਲ ਮਿਲੇ ਨੇ। ਇੱਕ ਹੈਗਾ ਪਿਸਟਲ ਜਿਹਦੇ ਵਿੱਚ 7 ਗੋਲੀਆਂ ਪੈਂਦੀਆਂ ਨੇ, ਇੱਕ ਗੋਲੀ ਵਾਲਾ ਪਿਸਟਲ, ਨਾਲ ਹੀ ਤਕਰੀਬਨ 8-10 ਗੋਲੀਆਂ ਵੀ ਇਹਨਾਂ ਤੋਂ ਮਿਲੀਆਂ ਨੇ। ਇਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸੰਦੀਪ ਨਾਮ ਦਾ ਇੱਕ ਗੈਂਗਸਟਰ ਹੈ, ਇਸ ਦੇ ਨਾਲ ਤੀਰਥ। ਸੰਦੀਪ ਦੇ ਖਿਲਾਫ ਪਹਿਲਾਂ ਹੀ 35 ਮੁਕੱਦਮੇ ਦਰਜ ਨੇ, ਅਤੇ ਇਹ ਜਿਹੜਾ ਮਸ਼ਹੂਰ ਅਤੇ ਬਦਨਾਮ ਗੈਂਗਸਟਰ ਹੁੰਦਾ ਸੀਗਾ ਪਿੰਡਾ ਸ਼ਾਦੀਪੁਰੀ ਆ, ਉਸ ਦੇ ਨਾਲ ਸਰ ਇਹ ਕਿੱਥੋਂ ਗ੍ਰਿਫਤਾਰ ਕੀਤੇ ਗਏ? ਇਹ ਨਕੋਦਰ ਤੋਂ ਗ੍ਰਿਫਤਾਰ। ਕਿਸ ਕੈਟਾਗਰੀ ਦੇ ਬੰਦੇ ਸਰ ਗੈਂਗਸਟਰ? ਇਹਨਾਂ ਦੇ ਖਿਲਾਫ 35 ਮੁਕੱਦਮੇ ਦਰਜ ਨੇ ਸੰਦੀਪ ਦੇ ਖਿਲਾਫ, ਅਤੇ 3 ਮੁਕੱਦਮੇ ਦਰਜ ਨੇ ਤੀਰਥ ਦੇ ਖਿਲਾਫ। 2 ਪਰਚੇ ਵੱਖਰੀ ਵੱਖਰੀ ਜਗ੍ਹਾ 'ਤੇ ਰਜਿਸਟਰ ਕੀਤੇ ਗਏ ਨੇ, ਜਿਨ੍ਹਾਂ 'ਚੋਂ ਤਕਰੀਬਨ 15,000 ਟੈਬਲੇਟਸ ਰਿਕਵਰ ਹੋਈਆਂ ਨੇ ਅਤੇ ਨਾਲ ਹੀ 160 ਗ੍ਰਾਮ ਹੈਰੋਇਨ ਰਿਕਵਰ ਕੀਤੀ। ਇਹ ਜਿਹੜੀ 160 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ, ਇੱਕ ਲਖਵਿੰਦਰ ਲੱਖੇ ਨਾਮ ਦਾ ਬੰਦਾ ਫੜਿਆ ਗਿਆ ਜੋ ਕਿ ਕਪੂਰਥਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਸੀ। ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਅਤੇ ਇਹਨੇ ਜਲੰਧਰ ਅਤੇ ਕਪੂਰਥਲੇ ਏਰੀਏ ਦੇ ਵਿੱਚ ਇਹ ਹੈਰੋਇਨ ਨੂੰ ਫੜਿਆ ਸੀ। ਸਰ ਇੱਥੇ ਪਹਿਲੇ ਵੀ ਪਰਚੇ ਦਰਜ? ਇਹ ਹਜੇ ਫੜਿਆ ਹੀ ਹੈ, ਇਹਦਾ ਹੁਣ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਚੈੱਕ। ਸਰ ਇਹ ਕੀਮਤ ਕਿੰਨੀ ਹੈਗੀ ਹੈ? ਇਹਦੀ ਕੀਮਤ 'ਤੇ ਤਾਂ ਨਹੀਂ ਮੈਂ ਕੋਈ ਕਮੈਂਟ ਕਰ ਸਕਦਾ, ਬਟ ਕਾਫੀ ਜ਼ਿਆਦਾ ਕੀਮਤ। ਸਰ ਕਿਹੜੀ ਜਗ੍ਹਾ ਤੋਂ ਕਾਬੂ ਕੀਤਾ ਜੀ ਇਹਨੂੰ? ਨਕੋਦਰ ਤੋਂ ਕਾਬੂ।